स्वागत है किसान वीरो तुहाडा सिद्क डेयरी फार्मिंग दे विच। किसान वीरो अज जिहड़ी वीडियो बना रहे हैं पिंड रामेआणा फरीदकोट जिले का पिंड ते इहनूं तहसील जैतो पैंदी है। जैतो तो श्री मुक्तसर साहब वाली जिहड़ी सड़क है उस सड़क दे उत्ते इह पिंड आउंदा है रामेआणा पिंड दा नाम। ते जिहड़े घर चों वीडियो बना रहे दसो गंगा वाला कचारा वजदा जिथे मैं वीडियो बना रहा तो ये भाई व्यापार का काम करता है। मेरी दूजी वीडियो कुछ दिन बाद ही है, कुछ दिन पहला भी एक वीडियो दिखाई सी जिहदे च दो नाग दिखाए सी। सो अज भी दो नाग दिखाऊंगा दोस्तों। इन्हां दे विच एक ये मझ गब्बण है, ये तो बिना एक मझ बिल्कुल ताजी सूई है, हजे कुछ टाइम पहला ही सूई है दोस्तों। ये पुड़े भी थोनू दसणगे टोए उवें पैंदे है। सो आपां डिटेल च इन्हां दोवां बारे गलबात कर लांगे। वीडियो नूं तुसीं एंड तक देखियो, थोनू इन्हां चों जिहड़ा नाग पसंद आ गया ਉਹਦੀ ਤਸੱਲੀ ਤੁਸੀਂ ਕਰਨੀ ਹੈ, ਆ ਕੇ ਤੁਸੀਂ ਦੇਖਣਾ, ਸਮਝ ਆਊ ਤਾਂ ਖਰੀਦਿਓ, ਨੰਬਰ ਸਕਰੀਨ ਤੇ ਚੱਲਦਾ ਰਹਿਣਾ। ਆਓ ਗੱਲਬਾਤ ਕਰੀਏ ਬਾਈ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਨਾਮ ਦੱਸਿਓ ਵੀਰ। ਬਾਈ ਰਾਜਾ ਜੀ। ਰਾਜੇ ਬਾਈ ਅੱਜ ਦੋ ਨਾਗ ਦਿਖਾਵਾਂਗੇ। ਹਾਂ ਜੀ। ਪਹਿਲੇ ਨੰਬਰ ਤੇ ਮੱਝ ਗੱਬਣ ਹੈ ਜੀ ਇਹ। ਕਿੰਨੇ ਦਿਨ ਲਊਗੀ ਇਹ? ਲੈ ਜੂ ਵੀ 8 ਦਿਨ। ਕੀ ਰੇਟ ਕਰਦੇ ਇਹਦਾ? 75,000 ਜੀ ਤੋਰੀਆਂ। ਸੋ ਦੋਸਤੋ ਸੈਂਗੇ ਦੇ ਖੁੱਲੇ ਆ ਪਰ ਰੇਟ 75,000 ਹੈ। ਦੁੱਧ ਵਾਸਤੇ ਜੇ ਕੋਈ ਵੀਰ ਖਰੀਦਣੀ ਚਾਹੁੰਦਾ ਮਾਨ ਤਾਨ ਹੋ ਜਾਣਾ, ਕਿਉਂਕਿ ਵਪਾਰ ਦਾ ਕੰਮ ਆ, ਥੋੜਾ ਬਹੁਤਾ ਰੇਟ ਘੱਟ ਜਾਣਾ ਹੁੰਦਾ। ਹਵਾਨੇ ਦਾ ਰੁੱਖ ਤੁਸੀਂ ਦੇਖ ਲਓ, ਅਜੇ ਹਫ਼ਤਾ 10 ਦਿਨ ਲੈਂਦੀ ਹੈ। ਸੋ ਮੀਡੀਅਮ ਹਾਈਟ ਦੇ ਵਿੱਚ ਇਹ ਮੱਝ, ਰੇਟ ਇਹਦਾ 75,000 ਬਾਈ ਨੇ ਰੱਖਿਆ। ਜਿਹਨੂੰ ਚੰਗੀ ਲੱਗੇ ਤਾਂ ਜ਼ਰੂਰ ਤੁਸੀਂ ਕਾਲ ਵੀਰ ਨੂੰ ਕਰ ਲਿਓ ਜੀ, ਨੰਬਰ ਸਕਰੀਨ ਉੱਤੇ ਜਿਹੜਾ ਉਹ ਚੱਲਦਾ ਰਹਿਣਾ। ਸੋ ਇਹ ਪਹਿਲੇ ਨੰਬਰ 'ਤੇ ਮੱਝ, ਇਹਦੀ ਡਿਮਾਂਡ 75,000 ਰੁਪਏ ਬਾਈ ਨੇ ਕੀਤੀ ਹੈ। ਇੱਕ ਹਫ਼ਤਾ ਹਜੇ ਇਹ ਲਊਗੀ ਸੂਣ ਦੇ ਵਿੱਚ। ਸੋ ਇਹ ਪਹਿਲੇ ਨੰਬਰ 'ਤੇ, ਇਹ ਤੋਂ ਅੱਗੇ ਇੱਕ ਮੱਝ ਬਿਲਕੁਲ ਤਾਜ਼ੀ ਸੂਈ ਵੀ। ਰਾਜੇ ਭਾਈ ਇਹ ਕਿੰਨਵਾ ਸੂਆ ਸੂਈ ਹੋ? ਤੀਜਾ ਸੂਈ ਹੈ ਜੀ। ਕਿੰਨਾ ਕੁ ਚਿਰ ਹੋ ਗਿਆ ਸੂਈ ਨੂੰ? ਸੂਈ ਰਾਤ 12 ਵਜੇ ਸੂਈ ਹੈ ਜੀ। ਜੇਰ ਸਹੀ ਪੈ ਗਈ ਬਾਈ? ਜੇਰ ਸਹੀ ਪਈ ਹੈ, 2.5 ਕਿਲੋ ਬੋਲਾ ਕੱਢਿਆ ਜੀ ਬੱਚਾ ਜਗਾ ਕੇ। ਬੱਚਾ ਕੀ ਦਿੱਤਾ ਇਹਨੇ? ਕੱਟੀ ਨੂੰ ਜਾਮ ਦਿੱਤਾ ਜੀ ਇਹਨੇ। ਕੀ ਰੇਟ ਕਰਦੇ ਹੋ ਇਹਦਾ? ਇਹਦਾ ਰੇਟ ਫੋਨ 'ਤੇ ਰੱਖਾਂਗੇ ਜੀ। ਖੋਲੀ ਨੂੰ। ਸੋ ਦੱਸੋ ਰੇਟ ਫੋਨ 'ਤੇ ਰਹਿਣਾ। ਸਿੰਗ ਖੁੱਲ੍ਹਾ ਪਰ ਦੁੱਧ ਵਾਲੀ ਮੱਝ ਹੈ। ਇਕੱਲੇ ਸਿੰਗ ਨੂੰ ਜੇ ਆਪਾਂ ਸਾਈਡ 'ਤੇ ਕਰ ਦਈਏ ਤਾਂ ਹਵਾਨਾ ਤੁਸੀਂ ਦੇਖੋ ਬਾਈ, ਕਹਿੰਦਾ ਵੀ ਬੱਚੇ ਨੂੰ ਪਿਆ ਕੇ 2.5 ਕਿਲੋ ਦੁੱਧ ਇਹਦਾ ਚੋਇਆ ਵੀ ਹੈ। ਸੋਹਣਾ ਹਵਾਨਾ, ਅੱਗੇ ਨੂੰ ਵੀ ਚੰਗਾ, ਪਿਛਾਂਹ ਨੂੰ ਵੀ ਸੋਹਣਾ ਹਵਾਨਾ ਦਿਖਾਉਂਦੀ ਹੈ। ਇਹ ਵੀ ਸੋਹਣੇ ਢਾਂਚੇ ਦੀ ਹੈ ਦੋਸਤੋ, ਕੱਦ ਕਾਠ ਇਹਦਾ ਜੱਚਦਾ ਹੈ, ਇਹਨੂੰ ਮੀਡੀਅਮ ਮੰਨ ਲਓ। ਪਿੱਠ ਪੁੜਾ ਖੁੱਲ੍ਹਾ ਅਤੇ ਹਵਾਨਾ ਬਿਲਕੁਲ ਚੌਰ ਸਾ। ਰਾਜੇ ਭਾਈ ਇਹਦਾ ਗੇੜਾ ਇੱਕ ਹੋਰ ਕਢਾ ਦੇ। ਸੀਲ ਸ਼ਰੀਫ ਵੀ ਇਹ ਦੋਸਤੋ ਇਹ ਮੱਝ ਦਿਸਦੀ ਹੈ ਵੀਡੀਓ ਦੇ ਵਿੱਚ। ਕੱਟੀ ਨੂੰ ਜਨਮ ਦਿੱਤਾ, ਕੱਟੀ ਤੁਹਾਨੂੰ ਮੈਂ ਦਿਖਾਊਂਗਾ ਜ਼ਰੂਰ, ਕਿਉਂਕਿ ਕਾਫੀ ਹੈਵੀ ਨਰੋਈ ਕੱਟੀ ਨੂੰ ਇਹਨੇ ਜਨਮ ਦਿੱਤਾ। ਸਿੰਗ ਜ਼ਰੂਰ ਇਹਦਾ ਖੁੱਲ੍ਹਾ ਦੱਸੋ, ਪਰ ਦੁੱਧ ਵਾਲੇ ਪੱਖ ਤੋਂ ਇਹ ਉਮੀਦ ਮੱਝ ਦੀ ਕਰ ਸਕਦੇ ਹਾਂ ਵੀ ਚੰਗਾ ਦੁੱਧ ਪਾਊਗੀ। ਹੁਣ ਵੀ ਤੁਸੀਂ ਹਵਾਨਾ ਤੁਸੀਂ ਭਰਿਆ ਦੇਖ ਸਕਦੇ ਹੋ। ਸੋ ਦੁੱਧ ਤੁਹਾਡੀ ਸੇਵਾ ਦਾ ਵੀ ਤੁਸੀਂ ਕਿੰਨਾ ਚੋਲੋਂਗੇ, ਰੁੱਖ ਤੋਂ ਲੱਗਦਾ ਸੋਹਣਾ ਦੁੱਧ ਪਾਊਗੀ ਬਾਈ। ਇਹਦੀ ਕੱਟੀ ਠਾਈ ਮੜੀ ਜੀ। ਸੋ ਦੋਸਤੋ ਇਹਦੇ ਨਾਲ ਕੱਟੀ ਹੈ ਮੱਝ ਦੇ, ਮੈਂ ਪਹਿਲਾਂ ਹੀ ਦੱਸਿਆ ਸੀ ਵੀ ਨਿੱਗਰ ਨਰੋਈ ਜੀ ਕੱਟੀ ਨੂੰ ਜਨਮ ਦਿੱਤਾ। ਜਿਹੜਾ ਬੱਚਾ ਜਨਮ ਤੋਂ ਨਰੋਆ ਹੋਵੇ ਉਹਦੀ ਗਰੋਥ ਜ਼ਿਆਦਾ ਹੁੰਦੀ ਹੈ, ਉਹ ਛੇਤੀ ਵਿਕਾਸ ਕਰਦਾ, ਕਿਉਂਕਿ ਬੋਡੀ ਵੇਟ ਜਿਹੜਾ ਜਨਮ ਵੇਲੇ ਪਸ਼ੂ ਨੂੰ ਖੁਰਾਕ ਮਿਲਦੀ ਹੈ ਉਹਦੇ ਨਾਲ ਉਹਦੀ ਗਰੋਥ ਹਮੇਸ਼ਾ ਚੰਗੀ ਰਹਿੰਦੀ ਹੈ। ਸੋ ਤੁਸੀਂ ਦੇਖ ਸਕਦੇ ਹੋ ਸੋਹਣੀ ਕੱਟੀ ਇਸ ਮੱਝ ਦੀ ਹੈ ਅਤੇ ਚੰਗੀ ਮੱਝ ਬਣੂਗੀ ਆਉਣ ਵਾਲੇ ਟਾਈਮ 'ਚ। ਕੱਟੀ ਬਾਈ ਇਹਦੀ ਪੂਛਫਣੀ ਮੱਝ ਦੀ ਅਤੇ ਹਵਾਨਾ ਮੱਝ ਦਾ ਫੇਰ ਦੇਖ ਲਓ। ਮੇਨ ਵੀਡੀਓ ਇਸੇ ਦੀ ਬਣਾਉਣੀ ਸੀ ਕਿਉਂਕਿ ਤਾਜ਼ੀ ਸੂਈ ਵੀ ਹੈ। ਮਾੜਾ ਹਿਲਾ ਦੇ ਬਾਈ, ਜਿੱਥੇ ਖੜਦੀ ਹੈ ਦੋਸਤੋ ਉੱਥੇ ਹੀ ਖੜ ਜਾਂਦੀ ਮੱਝ। ਇਸ ਪੱਖ ਤੋਂ ਵੀ ਚੰਗੀ ਹੈ, ਸੁਭਾਅ ਦੀ ਵੀ ਚੰਗੀ ਲੱਗਦੀ ਹੈ। ਸੋ ਇੱਦਾਂ ਦਾ ਹਵਾਨੇ ਦਾ ਰੁੱਖ ਹੈ। ਧੰਨਵਾਦ ਵੀਡੀਓ ਦੇਖਣ ਵਾਸਤੇ। ਅੱਜ ਦੀ ਵੀਡੀਓ 'ਚ ਇਹ ਦੋ ਨਾਗ ਸੀ।